ਮੇਰੇ ਨਾਲ ਨੇ ਗੱਲਬਾਤ ਕਰ ਲੈਂਦੇ। ਡੱਲੇਵਾਲ ਸਾਹਿਬ, ਥੋੜਾ ਜਿਹਾ ਦੱਸ ਦੋ, ਕਈ ਥਾਵਾਂ ਤੇ ਨਾ ਅਨਾਊਂਸਮੈਂਟ ਹੋ ਰਹੀ ਹੈ ਕਿ ਅੱਗੇ ਵਧਣਾ ਹੈ, ਥੋੜਾ ਜਿਹਾ ਕਲੀਅਰ ਕਰ ਦੋ ਤਾਂ ਕਿ ਕਿਸਾਨਾਂ ਨੂੰ ਮੈਸੇਜ ਸਹੀ ਚਲਾ ਦੇ। ਦੇਖੋ ਗੱਲ ਇਹ ਹੈ, ਸ਼ਾਂਤਮਈ ਢੰਗ ਦੇ ਨਾਲ ਅਸੀਂ ਅੱਗੇ ਸਾਡੇ ਨੌਜਵਾਨ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਨੇ। ਪਹਿਲਾਂ ਤਾਂ ਅਸੀਂ ਇਹ ਕਹਿ ਸਕਦੇ ਸੀ ਵੀ ਸ਼ਾਇਦ ਸਾਡੇ ਮੁੰਡੇ ਅਗਰੈਸਿਵ ਹੋ ਗਏ, ਅਸੀਂ ਸਾਰੇ ਮੁੰਡਿਆਂ ਨੂੰ ਪਿੱਛੇ ਰੋਕਿਆ, ਤੁਸੀਂ ਪਿੱਛੇ ਰੋਕੋ ਪੁੱਤ, ਅਸੀਂ ਜਾਓ। ਲਾਊਡ ਸਪੀਕਰ ਤੇ ਅਨਾਊਂਸਮੈਂਟ ਹੋ ਰਹੀ ਸੀ ਕਿ ਅੱਗੇ ਆ ਜਾਓ, ਕਿਉਂਕਿ ਉੱਥੇ ਪਿੱਛੇ ਜੇਸੀਬੀ ਵੀ ਤਿਆਰ ਹੈ, ਥੋੜਾ ਜਿਹਾ ਕਲੀਅਰ ਕਰ ਦਿਓ ਕਿ ਹੈ ਕੋਲ ਜਾਂ ਨਹੀਂ, ਤਾਂ ਕਿ ਲੋਕਾਂ ਨੂੰ ਸੁਨੇਹਾ ਚਲੇ ਜਾਏ। ਉਹ ਇਸ ਲਈ ਸੀ ਹਾਂਜੀ ਕਿ ਬਹੁਤ ਸਾਰਿਆਂ ਨੂੰ ਜਿਹੜੇ ਨੌਜਵਾਨ ਅੱਗੇ ਸੀ ਉੱਥੇ ਪਾਣੀ ਦੀ ਲੋੜ ਸੀ, ਠੀਕ ਹੈ, ਉਹ ਪਾਣੀ ਪਹੁੰਚਾਉਣਾ ਸੀ। ਉਹ ਮੇਰਾ ਖਿਆਲ ਹੈ ਦੋ ਤਿੰਨ ਵਾਰੀ ਅਨਾਊਂਸਮੈਂਟ ਹੋਈ ਹੈ ਕਿ ਅੱਗੇ ਪਾਣੀ ਪਹੁੰਚਾਓ, ਠੀਕ ਹੈ, ਫਿਲਹਾਲ ਯਾਨੀ ਕਿ ਅੱਗੇ ਨਹੀਂ ਵਧਣਾ, ਫਿਲਹਾਲ ਦੀ ਘੜੀ, ਫਿਲਹਾਲ ਅਸੀਂ ਮੀਟਿੰਗ ਕਰਦੇ ਹਾਂ, ਚਰਚਾ ਕਰਦੇ। ਔਰ ਦੂਸਰਾ ਵੀ ਕਿ ਸੈਂਟਰ ਨੇ ਇੱਕ ਸਵੇਰੇ ਪ੍ਰਪੋਜ਼ਲ ਭੇਜਿਆ, ਉਹ ਕੋਈ ਇਨਵਾਈਟ ਵੀ ਆਇਆ ਕਿ ਕਦੋਂ ਮੀਟਿੰਗ ਹੋਏਗੀ ਜਾਂ ਕੀ ਹੈ ਕੁਛ, ਉਹ ਥੋੜਾ ਜਿਹਾ ਕਲੀਅਰ ਕਰ ਦਿਓ। ਦੇਖੋ ਜਦੋਂ ਸਾਡਾ ਇੱਕ ਨੌਜਵਾਨ ਸਰਕਾਰ ਦੀਆਂ ਕੁਝ ਜੀਆਂ ਕਰਤੂਤਾਂ ਕਰਕੇ ਦੁਨੀਆ ਤੋਂ ਚਲਿਆ ਗਿਆ, ਇਹ ਜਿਹੀਆਂ ਮੀਟਿੰਗਾਂ ਲੱਖਾਂ ਆਉਣਗੀਆਂ, ਲੱਖਾਂ ਜਾਣਗੀਆਂ, ਸਾਨੂੰ ਐਸੀ ਕਿਸੇ ਮੀਟਿੰਗ ਦੀ ਕੋਈ ਇਹ ਨਹੀਂ ਚਿੰਤਾ। ਮੁੰਡਾ ਹੋਰੀ ਜਿਹੜੇ ਖੇਤੀਬਾੜੀ ਮੰਤਰੀ ਉਹ ਕਹਿ ਰਹੇ ਸੀ ਕਿ ਮੁਲਾਕਾਤ ਲਈ ਅਸੀਂ ਤਿਆਰ ਹਾਂ, ਮਿਲੋਗੇ ਜਾਂ ਨਹੀਂ ਮਿਲੋਗੇ, ਲਾਸਟ ਸਵਾਲ ਹੈ ਫਿਰ ਜੀ। ਦੇਖੋ ਗੱਲ ਇਹ ਆ, ਮੈਂ ਫਿਰ ਬੇਨਤੀ ਕਰਾਂ, ਪ੍ਰਾਇਓਰਟੀ ਸਾਡੀ ਉਹ ਬੱਚੇ ਨੂੰ ਮਿਲਣਾ, ਉਹਦੇ ਪਰਿਵਾਰ ਨੂੰ, ਠੀਕ ਹੈ, ਉਹ ਪਰਿਵਾਰ ਨੂੰ ਮਿਲਣ ਜਾ ਰਹੇ ਹੋ? ਦੇਖੋ ਮੈਂ ਹੁਣ ਮੀਟਿੰਗਾਂ ਕਰਾਂਗੇ, ਉੱਥੇ ਜਾ ਕੇ ਵੇਖਾਂਗੇ ਮੁੰਡੇ ਦਾ ਕੀ ਹਾਲ ਹੈ, ਕਿਵੇਂ ਹੋਇਆ, ਸਾਰੀਆਂ ਗੱਲਾਂ ਕਰਾਂਗੇ।